ਦੋ ਕਾਰਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਦੋਵਾਂ ਗੱਡੀਆਂ ਦਾ ਬੁਰੇ ਤਰੀਕੇ ਦੇ ਨਾਲ ਨੁਕਸਾਨ ਹੋਇਆ। ਤਾਂ ਦੱਸ ਦਈਏ ਕਿ ਹਾਦਸੇ ਦੀ ਵਜ੍ਹਾ ਓਵਰ ਸਪੀਡ ਦੱਸੀ ਜਾ ਰਹੀ ਹੈ। ਹਾਲਾਂਕਿ ਗੱਡੀਆਂ ਦੇ ਵਿੱਚ ਸਵਾਰ ਜੋ ਲੋਕ ਸੀ ਉਹਨਾਂ ਨੂੰ ਵੀ ਹਲਕੀਆਂ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਆਹਮੋ ਸਾਹਮਣੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਈ ਹੈ ਅਤੇ ਹਾਦਸੇ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਰਾਂ ਜੋ ਨੇ ਉਹ ਅੱਗੋਂ ਤੋਂ ਬੁਰੇ ਤਰੀਕੇ ਦੇ ਨਾਲ ਫੁੱਟੀਆਂ ਪਈਆਂ ਨੇ। ਏਅਰਬੈਗ ਵੀ ਕਈ ਗੱਡੀਆਂ ਦੇ ਖੁੱਲ੍ਹੇ ਨੇ ਅਤੇ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਈ ਲੋਕ ਜ਼ਖਮੀ ਹੋਏ ਨੇ। ਤਾਂ ਭਿਆਨਕ ਸੜਕ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਗੱਡੀ ਓਵਰ ਸਪੀਡ ਆ ਰਹੀ ਸੀ ਜਿਸਨੇ ਕਿ ਆਪਣਾ ਸੰਤੁਲਨ ਖੋ ਦਿੱਤਾ ਅਤੇ ਸਿੱਧਾ ਹੀ ਜਾ ਕੇ ਸਾਹਮਣੇ ਤੋਂ ਆ ਰਹੀ ਕਾਰ ਦੇ ਨਾਲ ਟਕਰਾ ਜਾਂਦੀ ਹੈ ਜਿਸ ਦੇ ਵਿੱਚ ਦੋਵੇਂ ਗੱਡੀਆਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਲੋਕਾਂ ਦਾ ਕਹਿਣਾ ਕਿ ਜਦ ਟੱਕਰ ਹੋਈ ਤਾਂ ਉਸ ਸਮੇਂ ਆਵਾਜ਼ ਇੰਨੀ ਕੁ ਜ਼ਿਆਦਾ ਸੀ ਜਿਵੇਂ ਬੰਬ ਫਟਿਆ ਹੋਵੇ। ਤਾਂ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਦੋਂ ਘੁੰਮ ਰਹੇ ਸੀਗੇ ਤਾਂ ਇੱਥੋਂ ਗੱਡੀਆਂ ਤੋਂ ਨਿਕਲਦੀਆਂ ਬੜੀ ਜ਼ਿਆਦਾ ਆਵਾਜ਼ ਆਈ, ਕਿਤੇ ਬੰਬ ਫਟਦਾ ਕਹਿ ਸਕਦੇ ਹਾਂ। ਤਾਂ ਜਦੋਂ ਆ ਕੇ ਦੇਖਿਆ ਐਕਸੀਡੈਂਟ ਹੋਇਆ ਸੀਗਾ, ਪਰ ਇਸ ਵੇਲੇ ਬਚਾਅ ਹੋ ਗਿਆ ਕਿ ਸੱਟਾਂ ਲੱਗੀਆਂ ਥੋੜ੍ਹੀਆਂ, ਪਰ ਜਾਨੀ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ, ਜਾਨ ਨਹੀਂ ਗਈ, ਪਰ ਗੱਡੀਆਂ ਦਾ ਬਹੁਤ ਜ਼ਿਆਦਾ ਡੈਮੇਜ ਹੋਇਆ। ਇਸ ਵੇਲੇ ਜਿਹੜੇ ਇੱਥੇ ਚੌਂਕ ਦੇ ਵਿੱਚ ਪ੍ਰਸ਼ਾਸਨ ਨੂੰ ਕੈਮਰੇ ਲਗਾਏ, ਉਹ ਵਰਕਿੰਗ ਕਰ ਰਹੇ ਆ, ਜੋ ਪ੍ਰਸ਼ਾਸਨ ਨੇ ਦੱਸਿਆ ਕਿ ਕੈਮਰੇ ਚੈੱਕ ਕਰਕੇ ਬੰਦੀ ਕਾਰ ਨੇ ਫਿਰ ਕਹਿੰਦੇ ਨਹੀਂ ਸੀ ਕਿ ਮੋਹਰੇ ਕੋਈ ਜਾਨਵਰ ਵਰ ਆਇਆ ਜਾਂ ਗੱਡੀ ਓਵਰ ਸਪੀਡ ਸੀ, ਕੀ ਕਾਰਨ ਕੀ ਹੋਇਆ? ਸ਼ਾਇਦ ਓਵਰ ਸਪੀਡ, ਜਾਨਵਰ ਕੋਈ ਨਹੀਂ ਆ, ਓਵਰ ਸਪੀਡ ਸੀਗੀ ਕੋਈ, ਬਟ ਕੈਮਰੇ ਚੈੱਕ ਕਰਕੇ ਓਵਰ ਸਪੀਡ ਪਤਾ ਲੱਗ ਜਾਏਗਾ ਕਿਹੜਾ ਓਵਰ ਸਪੀਡ ਚੈੱਕ ਹੈ। ਮੇਰਾ ਨਾਮ ਜਗਦੀਪ ਸਿੰਘ ਜੀ, ਅਸੀਂ ਆ ਰਹੇ ਜੀ ਆਦਮਪੁਰ ਵਾਲੀ ਸਾਈਡ ਤੋਂ ਆਣ ਡਿਆ ਸੀ, ਉਨਾ ਜਾ ਰਹੇ ਸੀ, ਉਹ ਸਾਹਮਣੇ ਆ ਸੜਕ ਦੇ ਆ ਗਏ, ਇੱਧਰਲੀ ਸ਼ਿਮਲਾ ਪਹਾੜੀ ਵਾਲੀ ਸਾਈਡ ਤੋਂ ਗੱਡੀ ਆਈ ਘੱਟ ਤੋਂ ਘੱਟ 120 ਦੀ ਸਪੀਡ 'ਤੇ, ਇਹਨੇ ਦੇਖਿਆ ਨਹੀਂ ਅੱਧੀ ਸੜਕ ਦੇ ਵਿੱਚ ਆ ਗਏ ਅਸੀਂ, ਅਤੇ ਸਾਡੀ ਗੱਡੀ ਫਿਰ ਵਾਪਸੀ ਆਦਮਪੁਰ ਵਾਲੀ ਸਾਈਡ ਨੂੰ ਘੁੰਮਾਤੀ, ਲਾਗੇ ਇੱਥੇ ਇੱਕ ਲੇਡੀ 'ਚ ਬੈਠੇ ਸੀ, ਉਹਨਾਂ ਦੇ ਉੱਪਰ ਵੀ ਗੱਡੀ ਉਹਨਾਂ ਨੂੰ ਵੱਜੀ ਹੋਈ, ਹਾਂਜੀ ਉਹਨਾਂ ਨੂੰ ਇੱਥੇ ਵੀਰ ਨੇ ਕੋ ਹੋਸਪਿਟਲ ਦਾਖਲ ਕਰਾ ਕੇ ਆਏ, ਸਾਡੇ ਛੋਟੇ ਨਾਲ ਤਿੰਨ ਬੱਚੇ ਨੇ, ਉਹਨਾਂ ਦੇ ਵੀ ਸੱਟਾਂ ਲੱਗੀਆਂ ਹੋਈਆਂ। ਕੀ ਮੰਗ ਕਰਦੇ? ਬਸ ਜੀ ਇਨਸਾਫ਼, ਸਾਡੀ ਗੱਡੀ ਦਾ ਕੰਮ ਕਰਾ ਕੇ ਦੇਣ, ਜੋ ਵੀ ਆ ਬਾਕੀ ਜੋ ਸੱਟਾਂ ਲੱਗੀਆਂ ਹੋਈਆਂ ਨੇ, ਆ ਵੀਰ ਜੀ ਹੋਣਾਂ ਦੇ ਵੀ ਆ ਗਰਦਨ ਤੇ ਸੋਜ ਪਈ ਹੋਈ ਆ, ਆਪ ਲੋਕਲ ਦਾ ਫਾਇਦਾ ਉਠਾਉਂਦੇ ਹੋਏ ਆ ਹੋਸਪਿਟਲ ਚਲ ਗਏ ਨੇ, ਸਾਨੂੰ ਇਨਸਾਫ਼ ਚਾਹੀਦਾ। ਬਾਕੀ ਭਾਜੀ ਗੱਡੀ ਦੀ ਵਾਈਟ ਤੁਸੀਂ ਫੋਟੋ ਲਓ, ਦੇਖੋ ਵੀਡੀਓ ਬਣਾ ਕੇ, ਟੋਟਲ ਫਰੰਟ ਲੈਸ ਹੈ, ਦੋਨੋਂ ਏਅਰਬੈਗ ਖੁੱਲੇ ਹੋਏ ਨੇ, ਨਹੀਂ ਨਹੀਂ ਜੀ ਬਚਾਅ, ਬਾਕੀ ਨਾਰਮਲ ਸੱਟਾਂ ਹੈਗੀਆਂ ਜੀ। ਆਰੋ ਚੌਂਕ ਦੇ ਵਿੱਚ ਇਨਫੋਰਮੇਸ਼ਨ ਮਿਲੀ ਕਿ ਦੋ ਕਾਰਾਂ ਦਾ ਆਪਸ ਵਿੱਚ ਟੱਕਰ ਹੋ ਗਈ ਆ, ਮੌਕੇ 'ਤੇ ਆਏ ਆ, ਇੱਕ ਗੱਡੀ ਹੈਗੀ ਆ ਤਰਨ ਤਾਰਨ ਤੋਂ ਆਏ ਸੀਗੇ ਅਤੇ ਪੀਰ ਨਿਗਾਹੇ ਮੱਥਾ ਟੇਕਣ ਜਾ ਰਹੇ ਸੀਗੇ, ਅਤੇ ਇੱਕ ਗੱਡੀ ਲੋਕਲ ਆ ਹੁਸ਼ਿਆਰਪੁਰ ਦੀ, ਆਕਾਸ਼ ਨਾਨੀ ਦੇ ਰਹਿਣ ਵਾਲੇ ਨੇ ਅਤੇ ਇਹ ਸ਼ਿਮਲਾ ਪਹਾੜੀ ਸਾਈਡ ਤੋਂ ਆ ਰਹੇ ਸੀ, ਬਸ ਦੋਨੇ ਆਪਸ ਵਿੱਚ ਟਕਰਾ ਗਏ ਆ, ਜਿਹੜੇ ਵਿਅਕਤੀ ਠੀਕ ਆ ਅਤੇ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਆ, ਬਾਕੀ ਮੌਕੇ 'ਤੇ ਆ ਗਏ ਆ ਜੋ ਵੀ ਦੇਖਦਾ।